ਤੋਂ ਦਾ ਪੰਜਾਬ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਕਿ ਸਰਕਾਰ ਨਸ਼ਿਆਂ ਤੇ ਠੱਲ ਪਾਉਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਵਚਨਬੱਧ ਹੈ ਤੇ ਨਸ਼ਿਆਂ ਦੇ ਖਿਲਾਫ ਹਰ ਮੁਮਕਿਨ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੈਬਨਿਟ ਮੀਟਿੰਗ 'ਚ ਮੇਨ ਮੁੱਦਾ ਸੀਗਾ ਵੀ ਜਿਹੜੇ ਡਰੱਗ ਵੇਚਣ ਵਾਲੇ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਵੀ ਹੋਣੀ ਚਾਹੀਦੀ ਆ, ਉਹਦੀ ਚਿੱਠੀ ਸੈਂਟਰ ਸਰਕਾਰ ਨੂੰ ਭੇਜੀ ਜਾ ਸਕੇ ਤਾਂ ਜੋ ਇਹ ਮਸਲਾ ਪੰਜਾਬ ਸਰਕਾਰ ਦੇ ਵੱਸ ਨਹੀਂ ਸੈਂਟਰ ਸਰਕਾਰ ਦੇ ਵੱਸ ਆ, ਉਹਨੂੰ ਰਿਕਮੈਂਡ ਕਰਕੇ ਭੇਜਾਂਗੇ ਵੀ ਇਹ ਜਿਹੜਾ ਬਿਮਾਰੀ ਆ ਇਹਦਾ ਪੱਕਾ ਇਲਾਜ ਅਸੀਂ ਸੋਚਦੇ ਹਾਂ ਫਾਂਸੀ ਹੋਈ ਹੈ ਅਤੇ ਉਹ ਰਿਕਮੈਂਡ ਕਰਕੇ ਸੈਂਟਰ ਗਵਰਨਮੈਂਟ ਭੇਜੇਗੀ। ਜਿਹੜੇ DSP 'ਤੇ ਇਲਜ਼ਾਮ ਲੱਗਿਆ ਪਹਿਲਾਂ ਸਭ ਤੋਂ ਪਹਿਲਾਂ ਉਹਨੂੰ ਡਿਸਮਿਸ ਕੀਤਾ ਜਾਏਗਾ, ਬਾਕੀ ਦੀਆਂ ਨੂੰ ਸਟੱਡੀ ਕਰਕੇ ਕੇਸ ਹੋਮ ਸੈਕਟਰੀ ਸਾਹਿਬ ਨੂੰ ਅਖਤਿਆਰ ਦਿੱਤੇ ਗਏ ਨੇ, ਉਹਨਾਂ ਦਾ ਐਕਸ਼ਨ ਲੈਣਾ। ਜਾਂਚ ਚੱਲ ਰਹੀ ਹੈ, ਜਿਹਦੀ ਜਾਂਚ ਇਹੋ ਜਿਹੀ ਲੱਭੇਗੀ ਨਜਾਇਜ਼ ਪ੍ਰਾਪਰਟੀ ਖੋਵਾਂਗੇ ਵੀ ਉਹਨੂੰ ਵੀ ਡਿਸਮਿਸ ਕਰਾਂਗੇ। ਜਿੰਨੇ ਮੁਲਾਜ਼ਮ ਹੋਣਗੇ, ਜਿੰਨੇ ਅਫਸਰ ਹੋਣਗੇ, ਜਿੰਨੇ ਸਿਪਾਹੀ ਹੋਣਗੇ ਉਹ ਡਿਸਮਿਸ ਕੀਤੇ ਜਾਣ। ਬੜੇ ਮਾਪੇ ਆਪਣਾ ਨਾਂ ਬਦਨਾਮ ਹੋਣ ਤੋਂ, ਆਪਣੇ ਬੱਚੇ ਨੂੰ ਬਦਨਾਮ ਹੋਣ ਤੋਂ ਨਹੀਂ ਕਰਾਉਂਦੇ, ਪੋਸਟਮਾਰਟਮ ਕਰਾਉਂਦੇ। ਇਸ ਲਈ ਇਹ ਮੌਤਾਂ ਹੋਈਆਂ ਨੇ, ਮੌਤਾਂ ਹੋ ਰਹੀਆਂ ਨੇ। ਅਸੀਂ ਉਸ ਮੌਤਾਂ ਨੂੰ ਮਾਪਿਆਂ ਦੀ ਮਦਦ ਨਾਲ, ਲੋਕਾਂ ਦੀ ਮਦਦ ਨਾਲ ਅਸੀਂ ਇਹਨਾਂ ਮੌਤਾਂ ਡੱਕਾਂਗੇ, ਅਸੀਂ ਬਿਮਾਰੀ ਨੂੰ ਕੱਢਾਂਗੇ। ਅੰਕੜਾ ਸ਼ਾਇਦ ਘੱਟ ਹੋਵੇ, ਅੰਕੜਾ ਵੱਧ ਹੋ ਸਕਦਾ, ਕਈ ਮਾਪੇ ਨਹੀਂ ਲਿਖਾਉਂਦੇ, ਨਹੀਂ ਦੱਸਦੇ। ਹਾਂ, ਕੀਤਾ ਜਾ ਰਿਹਾ, ਮੇਰਾ ਰਿਸ਼ਤੇਦਾਰ ਤੁਸੀਂ ਦੂਰੋਂ ਕਹਿ ਸਕਦੇ ਹੋ, ਮੇਰੇ ਜਿਹੜਾ ਵਿਚਾਰਾ ਮਾਮੇ ਦਾ ਮੁੰਡਾ ਸਾਈ MLA ਮਰ ਗਿਆ ਜੀ, ਉਹਦਾ ਸਾਲਾ ਲੱਗਦਾ ਜੇ ਇਹਨੂੰ ਰਿਸ਼ਤੇਦਾਰੀ, ਮੈਂ ਇਹਨੂੰ ਐਕਸੈਪਟ ਕਰਨਾ, ਪਰ ਬਿਲਕੁਲ ਮੈਂ ਉਹਦੇ ਨਾਲ ਇਸ ਕੰਮ 'ਚ ਨਹੀਂ ਖਲੋਤਾ। ਉੱਥੇ ਜੋ ਬਣਦਾ ਕਾਨੂੰਨ ਆ ਉਹ ਲਾਗੂ ਹੋਣਾ ਚਾਹੀਦਾ।